ਸਤਿ ਸ਼੍ਰੀ ਅਕਾਲ ਦੋਸਤੋ ਹੁਣੇ ਪੁਨੀਤ ਖੰਨਾ ਜੀ ਦੇ ਨਾਲ ਲਾਈਵ ਹੋਣ ਦੀ ਕੋਸ਼ਿਸ਼ ਕੀਤੀ ਸੀ ਬਟ ਆਈ ਥਿੰਕ ਥੋੜ੍ਹੀ ਜਿਹੀ ਇੰਟਰਨੈਟ ਦੀ ਪ੍ਰੋਬਲਮ ਕਰਕੇ ਉਹਨਾਂ ਨਾਲ ਨਹੀਂ ਜੁੜ ਪਾ ਰਹੇ ਅਤੇ ਇਸ ਲਈ ਅੱਜ ਦੇ ਲਾਈਵ ਦੇ ਵਿੱਚ ਮੈਂ ਹੀ ਤੁਹਾਨੂੰ ਇਨਫੋਰਮੇਸ਼ਨ ਦੇਵਾਂਗਾ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਨੂੰ ਲੈ ਕੇ ਅਤੇ COVID-19 ਕਰਕੇ ਕੀ ਰਿਸਟ੍ਰਿਕਸ਼ਨਸ ਰਹੀਆਂ ਅਤੇ ਕੀ ਫਿਊਚਰ ਹੈ ਆਸਟ੍ਰੇਲੀਅਨ ਸਟੱਡੀਜ਼ ਦਾ ਐਜੂਕੇਸ਼ਨ ਇੰਡਸਟਰੀ ਦਾ ਅਤੇ ਪਲੱਸ ਕਿੰਨੀ ਜਲਦੀ ਬਾਰਡਰ ਖੁੱਲ੍ਹ ਸਕਦੇ ਆ ਟਰੈਵਲ ਬੈਨ ਖੁੱਲ੍ਹ ਸਕਦੇ ਆ ਜਾਂ ਜਿਹੜੇ ਸਟੂਡੈਂਟਸ ਜਾਂ ਕੋਈ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਜਿਹੜੇ ਇੰਡੀਆ 'ਚ ਫਸੇ ਹੋਏ ਨੇ ਕੀ ਉਹਨਾਂ ਦਾ ਅੱਗੇ ਫਿਊਚਰ ਹੈ ਜਾਂ ਕਦੋਂ ਐਕਸਪੈਕਟ ਕਰ ਸਕਦੇ ਆ ਕਿ ਵਾਪਸ ਆਸਟ੍ਰੇਲੀਆ ਆਉਣ ਸਭ ਤੋਂ ਪਹਿਲਾਂ ਇੱਕ ਜਿਹੜੀ ਅੱਜ ਦੀ ਲੇਟੈਸਟ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੇ ਵਿਕਟੋਰੀਆ ਜੋ ਕਿ ਇੱਕ ਤਰ੍ਹਾਂ ਤੁਸੀਂ ਕਹਿ ਲਓ ਐਜੂਕੇਸ਼ਨ ਇੰਟਰਨੈਸ਼ਨਲ ਐਜੂਕੇਸ਼ਨ ਹੱਬ ਹੈਗਾ ਆਸਟ੍ਰੇਲੀਆ ਦਾ ਵਿਕਟੋਰੀਅਨ ਗਵਰਨਮੈਂਟ ਨੇ ਅੱਜ ਦੇ ਦਿਨ $45 million ਦਾ ਐਲੋਕੇਸ਼ਨ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਉਹ $45 million ਜਿਹੜੇ ਹੈਗੇ ਹੈ ਅਪ ਟੂ 40,000 ਸਟੂਡੈਂਟਸ ਨੂੰ ਗ੍ਰਾਂਟਸ ਵਜੋਂ ਦਿੱਤੇ ਜਾਣਗੇ ਅਤੇ ਇੱਕ ਇੱਕ ਸਟੂਡੈਂਟ ਨੂੰ ਵੰਸ ਆਫ ਪੇਮੈਂਟ $1,100 ਦੇ ਆਸ ਪਾਸ ਦਿੱਤੀ ਜਾਏਗੀ ਇਸ ਦੇ ਰਿਗਾਰਡਿੰਗ ਉਹ $1,100 ਕਿੱਦਾਂ ਕਲੇਮ ਕਰਨਾ ਹੈ ਜਾਂ ਗਵਰਨਮੈਂਟ ਨੂੰ ਕਿੱਦਾਂ ਰਜਿਸਟਰ ਹੋਣਾ ਉਹਦੀ ਸਾਰੀ ਇਨਫੋਰਮੇਸ਼ਨ ਸਾਡੇ ਫੇਸਬੁੱਕ ਪੇਜ 'ਤੇ ਵੀ ਅੱਜ ਸ਼ੇਅਰ ਕੀਤੀ ਗਈ ਹੈ ਜਿੱਥੇ ਤੁਸੀਂ ਲਿੰਕ ਕਲਿੱਕ ਕਰਕੇ ਸਟੱਡੀ ਇਨ ਮੈਲਬਰਨ ਵਾਲਾ ਉੱਥੇ ਜਾ ਕੇ ਰਜਿਸਟਰ ਹੋ ਸਕਦੇ ਹੋ ਜਦੋਂ ਰਜਿਸਟਰ ਹੁੰਦੇ ਹੋ ਜਿੱਦਾਂ ਹੀ ਅੱਗੇ ਗਵਰਨਮੈਂਟ ਦੇ ਅਪਡੇਟਸ ਆਉਂਦੇ ਆ ਵਿਕਟੋਰੀਅਨ ਗਵਰਨਮੈਂਟ ਵੱਲੋਂ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਪਲੱਸ ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਨੇ ਵੀ ਅਪਰੋਕਸੀਮੇਟਲੀ $14 million ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਲਈ ਅਲੱਗ ਰੱਖਿਆ ਹੈ ਇਨ ਟਰਮਸ ਆਫ ਗ੍ਰਾਂਟਸ ਅਤੇ ਅਪ ਟੂ $500 ਤੱਕ ਉੱਥੇ ਵੀ ਸਟੂਡੈਂਟਸ ਨੂੰ ਮਿਲ ਸਕਦਾ ਹੈ ਪਲੱਸ ਤਿੰਨ ਖਾਸ ਯੂਨੀਵਰਸਿਟੀਜ਼ ਜਿਹੜੀਆਂ ਮੇਨ ਯੂਨੀਵਰਸਿਟੀਜ਼ ਹੈ ਸਾਊਥ ਆਸਟ੍ਰੇਲੀਆ ਦੀ ਉਹਨਾਂ ਨੂੰ ਵੀ ਗ੍ਰਾਂਟਸ ਤਸਮਾਨੀਅਨ ਗਵਰਨਮੈਂਟ ਨੇ ਵੀ ਥੋੜ੍ਹੇ ਜਿਹੇ ਗ੍ਰਾਂਟਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਦਿੱਤੇ ਹੈ ਜਿਹੜਾ ਕਿ ਬਹੁਤ ਪੋਜ਼ਿਟਿਵ ਪੁਆਇੰਟ ਹੈ ਜਿਹੜਾ ਜੇ ਤੁਸੀਂ ਰੀਸੈਂਟ ਪਿਛਲੇ ਕੁਛ ਦਿਨਾਂ ਦੀ ਗੱਲ ਕਰੋ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਸੀਗਾ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਸਰਵਾਈਵ ਨਹੀਂ ਕਰ ਪਾ ਰਹੇ ਉਹ ਆਪਣੀ ਵਾਪਸ ਕੰਟਰੀਜ਼ ਨੂੰ ਜਾ ਸਕਦੇ ਨੇ ਮੀਡੀਆ ਨੇ ਬਹੁਤ ਘੁੰਮਕੁਮਾ ਕੇ ਉਹ ਗੱਲ ਕਿਸੇ ਤਰੀਕੇ ਨਾਲ ਕਿਸੇ ਮੀਡੀਆ ਨੇ ਕਿਸੇ ਤਰੀਕੇ ਨਾਲ ਕਿਸੇ ਨੇ ਕਿਸੇ ਨਾਲ ਅਤੇ ਬਹੁਤ ਸਾਰੇ ਫੋਨ ਕਾਲਸ ਵੀ ਆਏ ਅਤੇ ਉਹ ਇਹ ਦਰਸਾਇਆ ਗਿਆ ਕਿ ਪ੍ਰਾਈਮ ਮਿਨਿਸਟਰ ਕਹਿ ਰਹੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੁਸੀਂ ਵਾਪਸ ਜਾਓ ਤੁਸੀਂ ਆਸਟ੍ਰੇਲੀਆ ਨਹੀਂ ਰਹੋ ਸਿੰਪਲ ਅਕਸ਼ਰਾਂ 'ਚ ਜੇ ਦੱਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਨਹੀਂ ਸਰਵਾਈਵ ਕਰ ਪਾ ਰਿਹਾ ਫੋਰ ਐਨੀ ਰੀਜ਼ਨ ਕਿਉਂਕਿ ਉਹਨਾਂ ਦੀ ਜੋਬ ਚਲੇ ਗਈ ਹੈ ਜਾਂ ਰੈਂਟ ਪਿੱਛੋਂ ਨਹੀਂ ਰਹਿ ਪਾ ਰਹੇ ਉਹ ਆਪਣੀ ਕੰਟਰੀਜ਼ ਵਾਪਸ ਜਾ ਸਕਦੇ ਆ ਉਹਨਾਂ ਟੈਂਪਰਰੀ ਬੇਸਿਸ ਇਹਨਾਂ ਦਾ ਉਹ ਉਹਨਾਂ ਦੇ ਵੀਜ਼ੇ ਨਾਲ ਕੋਈ ਇੰਪੈਕਟ ਨਹੀਂ ਹੈ ਬਟ ਆਪਣੀ ਇੰਡੀਅਨ ਕਮਿਊਨਿਟੀ ਜਾਂ ਖਾਸ ਕਰਕੇ ਜੇ ਆਪਣੀ ਪੰਜਾਬੀ ਕਮਿਊਨਿਟੀ ਦੀ ਵੀ ਗੱਲ ਕਰੀਏ ਬਹੁਤ ਵੱਧ ਕੇ ਕਮਿਊਨਿਟੀ ਸਾਡੀ ਬਾਹਰ ਆਈ ਹੈ ਅਤੇ ਬਹੁਤ ਜ਼ਿਆਦਾ ਉਹਨਾਂ ਨੇ ਸਟੂਡੈਂਟਸ ਦੀ ਮਦਦ ਕੀਤੀ ਹੈ ਇਨ ਟਰਮਸ ਆਫ ਉਹਨਾਂ ਦੇ ਰੈਂਟ ਉਹਨਾਂ ਦੀਆਂ ਫੀਸਾਂ ਨੂੰ ਲੈ ਕੇ ਜਾਂ ਗਰੋਸਰੀਜ਼ ਨੂੰ ਲੈ ਕੇ ਜਾਂ ਖਾਣੇ ਨੂੰ ਲੈ ਕੇ ਬਹੁਤ ਸਾਰੇ ਵਲੰਟੀਅਰਸ ਬਹੁਤ ਸਾਰੀ ਔਰਗਨਾਈਜੇਸ਼ਨਸ ਜਿਹੜੇ ਆਪਣੀ ਇੰਡੀਅਨ ਕਮਿਊਨਿਟੀ ਹੈਗੀ ਹੈ ਬਾਹਰ ਆਈ ਹੈ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਕਰਨ ਲਈ ਤੋ ਵਿਚ ਇਜ਼ ਅ ਵੈਰੀ ਗੁੱਡ ਪੁਆਇੰਟ ਬਹੁਤ ਸਾਰੇ ਸਟੂਡੈਂਟਸ ਸਾਡੇ ਵੀ ਹੈਗੇ ਆ ਓਮ ਗਲੋਬਲ ਦੇ ਜਿਨ੍ਹਾਂ ਨੂੰ ਆਪਾਂ ਥੋੜ੍ਹੇ ਦਿਨ ਪਹਿਲਾਂ ਜਾਂ ਕਹਿ ਲਓ 2 ਹਫ਼ਤੇ ਪਹਿਲਾਂ ਇੱਕ ਪੋਸਟ ਵੀ ਪਾਈ ਸੀ ਕਿਸੇ ਵੀ ਸਟੂਡੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਹੈ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਘਰ 'ਚ ਤੁਸੀਂ ਰਹਿ ਰਹੇ ਹੋ ਤੁਹਾਨੂੰ ਰੈਂਟ ਪੇ ਕਰਨ ਦੇ ਪੈਸੇ ਨਹੀਂ ਹੈਗੇ ਜਾਂ ਫੀਸਾਂ ਨਾਲ ਕੋਈ ਤੰਗੀ ਆ ਰਹੀ ਹੈ ਜਾਂ ਗਰੋਸਰੀ ਪਿੱਛੋਂ ਖਾਣ ਪੀਣ ਪਿੱਛੋਂ ਕੋਈ ਦਿੱਕਤ ਆ ਰਹੀ ਹੈ ਜ਼ਰੂਰ ਸਾਨੂੰ ਕੋਂਟੈਕਟ ਕਰੋ ਮੈਂ ਆਪਣਾ ਪਰਸਨਲ ਨੰਬਰ ਉਦੋਂ ਫੇਸਬੁੱਕ ਪੇਜ 'ਤੇ ਪਾਇਆ ਸੀਗਾ ਅਤੇ ਓਮ ਗਲੋਬਲ ਜਿੱਥੇ ਤੱਕ ਹੋ ਸਕਦਾ ਤੁਹਾਡੀ ਜ਼ਰੂਰ ਮਦਦ ਕਰੇਗਾ ਅਤੇ ਤੁਹਾਡੇ ਨਾਲ ਖੜਾ ਰਹੇਗਾ ਇਸ ਘੜੀ ਦੇ ਵਿੱਚ ਹੁਣ ਜੇ ਆਪਾਂ ਫਿਊਚਰ ਦੀ ਗੱਲ ਕਰੀਏ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਆ ਜਾਂ ਟੈਂਪਰਰੀ ਵੀਜ਼ਾ ਹੋਲਡਰਸ ਜਿਹੜੇ ਇੰਡੀਆ ਦੇ ਵਿੱਚ ਹੈ ਅਤੇ ਟਰੈਵਲ ਬੈਨ ਕਰਕੇ ਆਸਟ੍ਰੇਲੀਆ ਨਹੀਂ ਆ ਪਾ ਰਹੇ ਜੋ ਨਿਊਜ਼ ਆ ਰਹੀ ਹੈ ਜਾਂ ਕਹਿ ਲਓ ਇਨਸਾਈਡ ਇਨਫੋਰਮੇਸ਼ਨ ਆ ਰਹੀ ਹੈ ਕਿ ਆਸਟ੍ਰੇਲੀਆ ਨੇ ਕਿਸੇ ਹੱਦ ਤੱਕ ਕਰੋਨਾ ਵਾਇਰਸ ਨੂੰ ਕੰਟਰੋਲ ਕਰ ਲਿਆ ਹੋਇਆ ਹੈ
ਜੇ ਅੱਜ ਦੀ ਡੇਟ ਦੇ ਵਿੱਚ ਦੇਖੀਏ 1000 ਤੋਂ ਘੱਟ ਕੇਸ ਨੇ ਜਿਹੜੇ ਐਕਟਿਵ ਕੇਸ ਨੇ ਆਸਟ੍ਰੇਲੀਆ ਦੇ ਵਿੱਚ ਉਹ ਵੀ ਬਹੁਤ ਸਾਰਾ ਤਕਰੀਬਨ ਕੇਸਿਸ ਉਹਦੇ ਵਿੱਚੋਂ ਮਾਈਲਡ ਕੇਸਿਸ ਦੇ ਵਿੱਚ ਗਿਣੇ ਜਾਂਦੇ ਨੇ ਜਿਹਦਾ ਕਿ ਈਜ਼ੀਲੀ ਆਈਸੋਲੇਸ਼ਨ ਦੇ ਵਿੱਚ ਰਹਿ ਕੇ ਲੋਕ ਠੀਕ ਹੋ ਰਹੇ ਨੇ ਅਤੇ ਬਹੁਤ ਸਾਰੀ ਸਟੇਟਸ ਨੇ ਵੀ ਅਨਾਊਂਸ ਕਰ ਦਿੱਤਾ ਹੈ ਕਿ ਬਹੁਤ ਜਲਦੀ ਜਿੱਦਾਂ ਕਿ ਫੂਡ ਕੋਰਟਸ ਖੁੱਲ ਸਕਦੇ ਹੈ ਜਿਹੜੇ ਸਟੇਟ ਦੇ ਬਾਰਡਰ ਬੰਦ ਸੀਗੇ ਉਹ ਖੁੱਲ ਸਕਦੇ ਹੈ ਅਤੇ ਇਹਦਾ ਇੰਡੀਕੇਸ਼ਨ ਇੱਕ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਨੇ ਵੀ ਦਿੱਤਾ ਕਿ ਹੋ ਸਕਦਾ ਟਰੈਵਲ ਬੈਨ ਜਿਹੜੇ ਲੱਗੇ ਹੋਏ ਆ ਉਹਨੂੰ ਵੀ ਥੋੜ੍ਹਾ ਜਿਹਾ ਈਜ਼ ਕਰ ਦਿੱਤਾ ਜਾਵੇ ਜਦੋਂ ਆਪਾਂ ਈਜ਼ ਕਰਨ ਦੀ ਗੱਲ ਕਰਦੇ ਹਾਂ ਦੇਖੋ ਜੋ ਇੰਪੈਕਟ ਇਸ ਇਕੋਨਮੀ ਨੂੰ ਹੋਇਆ ਹੈ ਅਤੇ ਸਪੈਸ਼ਲੀ ਆਸਟ੍ਰੇਲੀਅਨ ਇਕੋਨਮੀ ਨੂੰ ਹੋਇਆ ਜਿਨ੍ਹਾਂ ਨੂੰ ਲੈ ਕੇ ਕਿ ਜੀ ਸਟੂਡੈਂਟ ਨਹੀਂ ਆ ਰਿਹਾ ਅਪ ਟੂ $60 billion ਦਾ ਨੁਕਸਾਨ ਆਸਟ੍ਰੇਲੀਅਨ ਇਕੋਨਮੀ ਨੂੰ ਹੋ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਂ ਆਉਣ ਦੇ ਨਾਲ ਤੇ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਬਾਰਡਰ ਬਹੁਤ ਜਲਦੀ ਖੁੱਲ ਸਕਦੇ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਸਪੈਸ਼ਲੀ ਜੁਲਾਈ ਇਨਟੇਕ ਲਈ ਬਟ ਉਹਦੇ ਉੱਤੇ ਕੁਝ ਕੰਡੀਸ਼ਨਸ ਹੋਣਗੀਆਂ ਉਹ ਕੰਡੀਸ਼ਨਸ ਕੀ ਹੋਣਗੀਆਂ ਕਿ ਜਦੋਂ ਸਟੂਡੈਂਟ ਆਪਣੀ ਕੰਟਰੀ ਤੋਂ ਚੜ੍ਹਦਾ ਹੈ ਆਸਟ੍ਰੇਲੀਆ ਆਉਣ ਲਈ ਸਿਲੈਕਟਿਵ ਕੰਟਰੀਜ਼ ਦੇ ਬਾਰਡਰ ਖੁੱਲ ਸਕਦੇ ਅਤੇ ਜਦੋਂ ਸਟੂਡੈਂਟ ਉੱਥੋਂ ਆਉਂਦਾ ਹੈ ਇੱਕ ਉੱਥੇ ਚੜ੍ਹਨ ਤੋਂ ਪਹਿਲਾਂ ਉਹਦਾ ਟੈਸਟ ਕੀਤਾ ਜਾਏਗਾ ਅਤੇ ਜਦੋਂ ਆਸਟ੍ਰੇਲੀਆ ਉਹ ਪਹੁੰਚਦਾ ਹੈ ਤਾਂ ਮੋਸਟ ਲਾਈਕਲੀ ਉਹ ਸਟੂਡੈਂਟ 14 ਦਿਨ ਕਿਸੇ ਹੋਟਲ ਜਾਂ ਕਿਸੇ ਸੈਲਫ ਆਈਸੋਲੇਸ਼ਨ ਦੇ ਵਿੱਚ ਰਹਿਣਾ ਉਹਦਾ ਕੰਪਲਸਰੀ ਹੋਏਗਾ ਦੀਜ਼ ਆਰ ਦਾ ਚਾਂਸਿਸ ਕਿ ਜੋ ਲੱਗ ਰਿਹਾ ਹੈ ਕਿ ਇਹ ਸਟੈਪਸ ਹੈ ਜਿਹੜੀ ਗੌਰਮੈਂਟ ਲੈ ਸਕਦੀ ਹੈ ਕਿ ਤਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆਉਣਾ ਸੌਖਾ ਵੀ ਹੋਵੇ ਬਟ ਔਨ ਦੀ ਅਦਰ ਹੈਂਡ ਜਿਹੜੀ ਸਾਡੀ ਆਸਟ੍ਰੇਲੀਅਨ ਕਮਿਊਨਿਟੀ ਹੈ ਉਹਦੇ ਵਿੱਚ COVID-19 ਕਹਿ ਲਓ ਜਾਂ ਕੋਰੋਨਾ ਵਾਇਰਸ ਕਹਿ ਲਓ ਉਹ ਫੈਲੇ ਵੀ ਨਾ ਅਤੇ 14 ਦਿਨ ਕੁਆਰੰਟੀਨ ਕਿਸੇ ਹੋਟਲ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਜਾਂ ਪਲੱਸ ਤੁਹਾਡਾ ਮੈਡੀਕਲ ਐਕਸਟਰਾ ਮੈਡੀਕਲ ਹੋ ਸਕਦਾ ਹੈ ਇੰਡੀਆ ਦੇ ਵਿੱਚ ਜਾਂ ਜਿਹੜੀ ਵੀ ਕੰਟਰੀ ਤੋਂ ਤੁਸੀਂ ਫਲਾਈਟ ਬੋਰਡ ਕਰਦੇ ਹੋ ਜਾਂ ਇਹ ਵੀ ਹੋ ਸਕਦਾ ਜਦੋਂ ਤੁਸੀਂ ਆਸਟ੍ਰੇਲੀਆ ਪੁੱਜਦੇ ਹੋ ਜਿਸ ਦਿਨ ਪਹੁੰਚਦੇ ਹੋ ਜਾਂ 14 ਦਿਨ ਬਾਅਦ ਤੁਹਾਡਾ ਇੱਕ ਹੋਰ ਟੈਸਟ ਕੀਤਾ ਜਾਏਗਾ ਟੂ ਮੇਕ ਸ਼ੋਰ ਤੁਹਾਨੂੰ COVID-19 ਨਹੀਂ ਹੈਗਾ ਜਿਹਦਾ ਕਮਿਊਨਿਟੀ ਨੂੰ ਥਰੈਟ ਨਾ ਹੋਵੇ ਅਤੇ ਬਹੁਤ ਸਾਰੀ ਪੋਜ਼ਿਟਿਵ ਨਿਊਜ਼ ਆ ਰਹੀ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਵਿੱਚੋਂ ਸਿਰਫ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਹੀ ਨਹੀਂ ਬਲਕਿ ਜਿਹੜਾ ਇਹ ਕੰਟਰੋਲ ਹੋਇਆ ਵਾਇਰਸ ਉਹਦੇ ਕਰਕੇ ਸਾਰੇ ਪਾਸੋਂ ਸਾਰੀ ਲੋਕਲ ਗਵਰਨਮੈਂਟਸ ਜਾਂ ਸਟੇਟ ਗਵਰਨਮੈਂਟਸ ਵੱਲੋਂ ਵੀ ਕਾਫੀ ਪੋਜ਼ਿਟਿਵ ਨਿਊਜ਼ ਆ ਰਹੀ ਇਨ ਟਰਮਸ ਆਫ ਜੇ ਆਪਾਂ ਇਨਟੇਕਸ ਦੀ ਗੱਲ ਕਰਦੇ ਹਾਂ ਜੁਲਾਈ ਇਨਟੇਕ ਜਿਹੜੀ ਯੂਨੀਵਰਸਿਟੀਜ਼ ਹੈ ਜਾਂ ਮੋਸਟ ਆਫ ਦਾ ਇੰਸਟੀਟਿਊਸ਼ਨਸ ਹੈ ਦੇ ਆਰ ਵਰਕਿੰਗ ਐਜ਼ ਯੂਜੁਅਲ ਤੁਹਾਡਾ ਆਫਰ ਲੈਟਰ ਦਾ ਪ੍ਰੋਸੈਸ ਜਾਂ COE ਦਾ ਪ੍ਰੋਸੈਸ ਕੋਈ ਵੀ ਪ੍ਰੋਸੈਸ ਜਿਹੜਾ ਚੱਲ ਰਿਹਾ ਇਟ ਇਜ਼ ਹੈਪਨਿੰਗ ਐਜ਼ ਨੋਰਮਲ ਇੱਕ ਪ੍ਰੋਸੈਸ ਜਿਹੜਾ ਰੁਕਿਆ ਹੋਇਆ ਉਹ ਪ੍ਰੋਸੈਸ ਹੈਗਾ ਜਿਹੜੇ ਵੀਜ਼ਾਜ਼ ਗ੍ਰਾਂਟ ਹੋ ਰਹੇ ਆ ਆਫਸ਼ੋਰ ਤੋਂ ਬਿਕੋਜ਼ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਇੰਡੀਆ ਦੇ ਵਿੱਚ ਲੋਕਡਾਊਨ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਲੋਕਡਾਊਨ ਕਾਰਨ ਜਿਹੜੀ ਇੰਡੀਆ ਦੇ ਵਿੱਚ ਆਸਟ੍ਰੇਲੀਅਨ ਐਮਬੈਸੀ ਬੈਠੀ ਹੈ ਉਹ ਵੀਜ਼ਾਜ਼ ਨਹੀਂ ਪ੍ਰੋਸੈਸ ਕਰ ਪਾ ਰਹੀ ਉਹ ਚਾਹੇ ਵਿਜ਼ਿਟਰ ਵੀਜ਼ਾ ਹੋਵੇ ਜਾਂ ਸਟੂਡੈਂਟ ਵੀਜ਼ਾ ਹੋਵੇ ਬਟ ਹੋ ਸਕਦਾ ਹੈ ਜੇ ਗਵਰਨਮੈਂਟ ਟਰੈਵਲ ਬੈਨ ਈਜ਼ ਕਰਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ ਤਾਂ ਇਹਦੇ ਬਹੁਤ ਸਾਰੇ ਚਾਂਸਿਸ ਹੈ ਕਿ ਇਨਸਟੈਡ ਕਿ ਉਹਦੀ ਪ੍ਰੋਸੈਸਿੰਗ ਨਿਊ ਦਿੱਲੀ 'ਚ ਹੋਵੇ ਉਹ ਪ੍ਰੋਸੈਸਿੰਗ ਔਨਸ਼ੋਰ ਐਡੀਲੇਡ ਸਟੂਡੈਂਟ ਵੀਜ਼ਾ ਸੈਂਟਰ ਜਾਂ ਵੈਸਟਰਨ ਆਸਟ੍ਰੇਲੀਆ ਜਾਂ ਔਨਸ਼ੋਰ ਕਿਸੇ ਵੀ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਹੋ ਸਕਦੀ ਹੈ ਅਤੇ ਜੇ ਤੁਸੀਂ ਇਹ ਸੋਚ ਕੇ ਬੈਠੇ ਹੋ ਕਿ ਹਜੇ ਕੁਛ ਨਹੀਂ ਹੋ ਰਿਹਾ ਵੀਜ਼ੇ ਨਹੀਂ ਹੋ ਰਹੇ ਮੈਂ ਆਪਣਾ ਪ੍ਰੋਸੈਸ ਨਾ ਕਰਾਂ ਜੁਲਾਈ ਇਨਟੇਕ ਦੇ ਵਿੱਚ ਨਾ ਦੇਖਾਂ ਅਤੇ ਇਹ ਬਿਲਕੁਲ ਰਿਕਮੈਂਡ ਨਹੀਂ ਕਰਾਂਗਾ ਮੈਂ ਐਵਰੀਥਿੰਗ ਇਜ਼ ਵਰਕਿੰਗ ਐਜ਼ ਨੋਰਮਲ ਕਿਸੇ ਇੱਕ ਟਾਈਮ 'ਤੇ ਆ ਕੇ ਗਵਰਨਮੈਂਟ ਨੇ ਇਕੋਨਮੀ ਲਈ ਗੇਟ ਖੋਲ੍ਹਣੇ ਹੈ ਅਤੇ ਸਭ ਤੋਂ ਵੱਡਾ ਸੈਕਟਰ ਜਿਹੜਾ ਉਹਨਾਂ ਦੇ ਅਪ ਟੂ $60 billion ਦੀ ਜਿਹੜੀ ਇੰਡਸਟਰੀ ਹੈ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਦੀ ਇੰਡਸਟਰੀ ਹੈ ਉਹ ਸਭ ਤੋਂ ਪਹਿਲਾਂ ਖੁੱਲ੍ਹਣ ਦੇ ਅਸਾਰ ਇਹ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਰੈਂਟ ਰਿਲੀਫ ਪ੍ਰੋਗਰਾਮ ਵੀ ਵਿਕਟੋਰੀਅਨ ਗਵਰਨਮੈਂਟ ਨੇ ਕੀਤਾ ਹੈ ਕਿ ਜਿਹੜੇ ਸਟੂਡੈਂਟਸ ਜੇ ਆਸਟ੍ਰੇਲੀਆ ਵਿੱਚ ਨੇ ਰੈਂਟ ਨਹੀਂ ਪੇ ਕਰ ਪਾ ਰਹੇ ਉਹ ਵੀ ਗਵਰਨਮੈਂਟ ਦੇ ਨਾਲ ਜਾ ਕੇ ਰਜਿਸਟਰ ਕਰਨ ਜਾਂ ਜਿਨ੍ਹਾਂ ਦੀ ਜੋਬਸ ਗਈਆਂ ਅਤੇ ਉਹਨਾਂ ਕੋਲ ਵਰਕਿੰਗ ਰਾਈਟ ਸੀਗੇ ਪਾਰਟ ਟਾਈਮ ਕੰਮ ਕਰ ਰਹੇ ਸੀਗੇ ਅਤੇ ਉਹਦੇ ਲਈ ਵੀ ਗਵਰਨਮੈਂਟ ਲਈ ਆਪਸ਼ਨਸ ਅਵੇਲੇਬਲ ਹੈ ਅਤੇ ਮੇਕ ਸ਼ੋਰ ਉਹ ਲਿੰਕ ਯੂਜ਼ ਕਰੋ ਜਿਹੜਾ ਸਾਡੀ ਫੇਸਬੁੱਕ ਪੇਜ ਜਾਂ ਵੈਬਸਾਈਟ 'ਤੇ ਜਾਂ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੋਇਆ
ऑन शोर वीजाज की जो गल करिए दोस्तों, बहुत सारे लोग ने स्पेशली पेरेंट्स ने जिहड़े ऑस्ट्रेलिया दे विच विजिटर वीजा ते आए सीगे ते ट्रैवल बैन करके इंडिया बंद होने करके विजिट वापस इंडिया नहीं जा पा रहे, ते उन्हां विचों बहुत सारे एहो जे भी विजिटर्स ने जिन्हां दे वीजा उत्ते 8503 कंडीशन लगी है। 8503 कंडीशन जो आप सिंपल अक्षर च कहिए नो फर्दर स्टे कंडीशन, ओदा मतलब यह बन जाता है कि जे वह कंडीशन थोड़े वीजे दे लगी है तो ऑस्ट्रेलिया दे विच आके तुसी कोई होर वीजा नहीं अप्लाई कर सकते अनलैस थानू उस कंडीशन का वेवर मिले। उस वेवर मिलन लई थानू डिपार्टमेंट नू एक एप्लीकेशन देनी पैंदी है कि कंपेलिंग ते कंपैशनेट ग्राउंड्स है कि जड़ा तुसी अपनी कंट्रीज नहीं वापस जा पा रहे, तो एक सबमिशन जाती है डिपार्टमेंट नू जिदे बेसिस ते वेवर ग्रांट होंदा है या नहीं ही अप्रूव होंदा। जे आपां अज दी डेट देखिए जो हालात ने विजिटर दे, कोई भी विजिटर जिहड़ा ऑस्ट्रेलिया आया उन्हां दे हाथ नहीं है वापस जाना, तो इस सिनारियोज दे विच वेवर बहुत ईजली मिल रहे हैं, तो जो वेवर मिलता है उहदे विच उन्हां नू दूसरा वीजा अपलाई करन दी ऑप्शन मिलती है। मोस्ट ऑफ द सिनारियोज दे विच तुसी विजिटर वीजा अप्लाई कर दो, बट कोई होर वीजा क्राइटीरिया जिदा कि स्टूडेंट वीजा या 408 वीजा जिहदी नवीं कैटेगरी भी निकली है COVID-19 नूं लैके, उहदे विच भी अप्लाई कर सकते हो जे तुहाडी एलिजिबिलिटी बनती है। जे वीजा ग्रांट्स की गल करिए ऑन शोर जिहड़े साडे स्टूडेंट्स ने या बहुत सारे विजिटर ते जिहड़े आए सीगे जिन्होंने स्टूडेंट वीजा पाया है, ऑन शोर दे विच प्रोसैसिंग टाइम इनिशियली थोड़ा जहा ज़्यादा सीगा, अप टू 4 मंथ्स हो गया सीगा, बट आप जे रीसेंट डेज देखिए बहुत सारे वीजाज ग्रांट हो रहे हैं, तो उहदा सक्सैस रेट भी बहुत अच्छा आ रहा है। इन सिंपल वर्ड्स जे कह लिए जे ऑफशोर वीजाज नहीं ग्रांट हो रहे, ऑनशोर जिन्नी इंटरनेशनल स्टूडेंट्स है या विजिटर्स है जिन्होंने वीजा एक्सटेंशन पाया या मास्टर्स टू डिप्लोमा दे विच वीजा अप्लाई किया या विजिटर टू स्टूडेंट का अप्लाई किया, उन्हां दी प्रोसैसिंग हुण काफ़ी तेज चल रही है, तो जिदा जिदा थोड़े मेडिकल हो रहे हैं या सारे डॉक्यूमेंट्स डिपार्टमेंट नूं पहुंच रहे उदा उदा आउटकम आ रहा है। रीसेंट बहुत सारे वीजा ग्रांट होए हैं जिन्हों की काफ़ी सारी वीजा ग्रांट कॉपीज आप अपने फेसबुक पेज पर भी पाई है। हुण फ्यूचर नूं लैके जे गल करिए दोस्तों, 2019 जो रिसेशन आया सीगा ऑस्ट्रेलिया दे विच या पूरे वर्ल्ड दे विच अज तक का सब तो वड्डा रिसेशन सीगा, उस वेले ऑस्ट्रेलिया किसी हद तक बहुत ज़्यादा इंपैक्ट नहीं सी होया। उहदा सब तो वड्डा रीजन यह सीगा कि उस वेले ऑस्ट्रेलिया दे विच एजुकेशन इंडस्ट्री टॉप ते चल रही सी, ऑस्ट्रेलिया का सब तो वड्डा एक्सपोर्ट एजुकेशन सीगा, इंटरनेशनल एजुकेशन, इंटरनेशनल स्टूडेंट चाइना तो इंडिया तो वियतनाम तो नेपाल तो मलेशिया तो ये मेन कंट्रीज है जितों इंटरनेशनल स्टूडेंट आता है। एक इंटरनेशनल स्टूडेंट जो ऑस्ट्रेलिया आके पढ़ता है किसी यूनिवर्सिटी के विच भी जो बैचलर्स करता उसकी घट्टो घट $1,00,000 के आसपास फीस होंगी है, डिपेंडिंग केड़ा कोर्स तुसी करते हो। जे तुसी किसी डिप्लोमा कोर्स वालों भी जाने हो थोड़ी फीस यूजली अराउंड $25,000 एक कोर्स की फीस होंगी है। ये स्टूडेंट ऑस्ट्रेलिया आते हैं इतने आके पार्ट टाइम काम करते हैं, अपनी फीसा पे करते हैं, टैक्स भरते हैं, ऑस्ट्रेलियन इकोनमी नूं बहुत ज़्यादा बूस्ट करते हैं। प्लस जे आप कल्ली विक्टोरिया की गल ही करिए 80,000 ऑस्ट्रेलियन सिटीजन या परमानेंट रेजिडेंट ने जिहड़े उस फील्ड दे विच काम करदे है जिहड़े कि इंटरनेशनल स्टूडेंट नाल रिलेटेड है, ते जे इंटरनेशनल स्टूडेंट नहीं आएगा ऑस्ट्रेलिया की इकोनमी बहुत ज़्यादा इंपैक्ट होएगी, प्लस लोगों की जॉब जाएगी जिहड़े कि इस इंडस्ट्री नाल जुड़े हुए है। वीजा कदे भी नहीं बंद हो सकता, बट ये वह समा है जो ऑस्ट्रेलिया ने कोविड ते तो बहुत हद तक कंट्रोल कर लिया है, हुण उन्हां दा नेक्स्ट एक्शन प्लान यही है कि अपनी इकोनमी नूं स्टेबलाइज करना। जिन्नी पिछे उन्हां दी इकोनमी गई है, पहला ड्रॉट कारण फिर उस तो बाद बुश फायर्स, हुण फिर
COVID-19 पेंडेमिक ते ऑस्ट्रेलिया दे उत्ते जिहड़े चारों पासे जिहड़ा ए आया है नुकसान आया है, हर पासे हर इंडस्ट्री इंपैक्ट हुई है। हुण ऑस्ट्रेलिया दा टाइम हैगा इहदे विचों निकल के आना ते इसे दा रोड मैप प्राइम मिनिस्टर स्कॉट मॉरिसन ने तैयार किया है कि इकोनॉमी नूं बूस्ट किया जाए। हो सकता है ऑस्ट्रेलिया दे विच विजिटर वीजाज ना खुलना चाहिए, ठीक है, हो सकता है बाकी वीजेस ते हजे थोड़ी देर उन्ना प्रायोरिटी ना मिले परमानेंट वीजाज नूं भी लैके, बट स्टूडेंट इंडस्ट्री नूं लैके बहुत ज्यादा उम्मीदा लगाईया जा रही है कि बहुत जल्दी इंडस्ट्री खुलेगी ते बहुत जल्दी स्टूडेंट इत्थे आके पढ़ना अपना स्टडीज कर सकते हैं हायर एजुकेशन या फर्दर एजुकेशन नूं लैके। इस तो अलावा कोई भी थोड़े सवाल तुसी इंडिया दे विच हो या ऑस्ट्रेलिया दे विच हो, तुसी फोन ते गल करना चाहते हो या इंडिया दे विच रह के कोई भी तुसी करंट वीजा होल्डर हो ते नहीं आ पा रहे ते थोनू दिक्कत आ रही है कि थोड़ी यूनिवर्सिटी या इंस्टीट्यूशन एक्सटेंशन नहीं दे रहा थोड़े वीजा नू, COE नू एक्सटेंशन नहीं दे रहे, इदां दी कोई भी दिक्कत आ रही है तुसी जरूर कॉल ते गल कर सकते हो, ईमेल भेज सकते हो। इंडिया दे विच साडे इंडिया दा कॉन्टैक्ट नंबर 9216192167 उत्थे गल कर सकते हो। जे तुसी रीसेंट पास आउट हो थोड़े को आइल्स है ते तुसी अपना प्रोसेस कमेंस करना चाहते हो, मेक श्योर यू डू इट राइट नाउ, ये बेस्ट टाइम है प्रोसेस स्टार्ट करन दा, जदों कि यूनिवर्सिटीज नू बहुत ज़्यादा लोड है, स्टूडेंट्स नू इंस्टीट्यूशंस नू बहुत ज़्यादा लोड है, ऑस्ट्रेलिया नू लोड है इंटरनेशनल स्टूडेंट्स की, जिदा सानू फ्यूचर पता है कि इट्स गोइंग टू बी वेरी ब्राइट ते बहुत सारे वीजाज ऑस्ट्रेलिया दे सकता है। कोई भी क्वेश्चन है तुसी नीचे कमेंट बॉक्स च लिख सकते हो, मैं कोशिश करांगा ज़्यादा तो ज़्यादा थोड़े सवाल बना। गुरप्रीत सिंह जी पूछ रहे हैं सर कदों तक ओपन हो सकते हैं बॉर्डर। गुरप्रीत देखो कोई कंफर्म्ड न्यूज़ नहीं हैगियां हजे, इंडिविजुअल स्टेट्स जिन्हियां रिस्ट्रिक्शंस लगियां सीगियां उन्हूं ईज कर रही है। जे आपां न्यू साउथ वेल्स की गल करिए इस फ्राइडे तो बहुत सारी रिस्ट्रिक्शंस उत्थे जिहड़ियां लगियां सी ओह खुल जाणगियां। बहुत सारी स्टेट्स ने जिहड़े अपने बॉर्डर बंद किए थे तुसी दूसरी स्टेट तो एंटर नहीं कर सकते वो भी खुल जाएंगे, प्लस विक्टोरिया दे विच भी बहुत ज़्यादा उम्मीद है कि विदिन वन वीक या 10 days दे विच जिहड़े थे फूड कोर्ट्स बंद सीगे या रेस्टोरेंट्स बंद सीगे या बहुत सारे शॉपिंग सेंटर बंद सीगे वो खुल जाएंगे, इवन के बहुत सारे रिटेलर्स है जिहड़े वो वापस अपनी अनाउंसमेंट्स कर रहे हैं कि वो अपनी शॉप्स खोल रहे हैं। जे ये सब कुछ हो रहा है तो यह मतलब जी इंटरनेशनल ट्रैवल है वह भी खुलन में बहुत ज़्यादा आसान। नैक्सट इनटेक जरा जुलाई इनटेक है बहुत ज़्यादा दूर नहीं है, वी आर ऑलमोस्ट एट मई, तो प्रोबेबली जिथे तक जे सा स्पैकुलेशन भी ला के चलीए सानू उम्मीद है कि नैक्सट महीने ये चीज़ा ईज होनी हो जानिया चाहिए, एटलीस्ट फॉर इंटरनेशनल स्टूडेंट्स जिहड़े जिन्हां जिन्हां को करंट वीजा हैगा या जिन्हां नू वीजा मिलेगा उन्हां लई ये बैन हटा दिता जाएगा। नवदीप कदो सर हमजसप्रीत हसबेंड कदों तक आजू वीजा, साडा कोई दिक्कत तो नहीं आऊगी। नवदीप देखो कोई दिक्कत नहीं आ रही, रिसेंटली भी स्टूडेंट स्टूडेंट डिपेंडेंट वीजाज आए हैं, बल्कि इस हफ्ते दे विच 3 वीजाज एहो जे ने जिन्हां विच स्टूडेंट डिपेंडेंट दा वीजा आया, बट जे आप इंडिया दे विच प्रोसेसिंग दी गल लैके चलिए वो जे भी बंद हैगी है सारी, तो जब तक इंडिया खुलदा नहीं तद तक उस प्रोसेसिंग दा या उहदे उत्ते कोई अपडेट नहीं मिलेंगे, तो इंडिया दा खुलना भी बहुत इंपॉर्टेंट है। जे ऑस्ट्रेलियन एम्बेसी जिहड़ी इंडिया दे विच बैठी है जिन्हां ने वीजा एलोकेट करना, यूनिवर्सिटी ऑफ क्वींसलैंड दी फीस फिल करनी सी सर हुण करनी चाहीदी या वेट कर लवां। गुरप्रीत जी ये सवाल सिर्फ थोड़ा नहीं है, बहुत सारे स्टूडेंट्स का सवाल है
कि मैं फीस पे करनी, मैं हुन वेट कर लां, या मैं अपनी प्रोसेसिंग शुरू करानी है केस दी, मैं हुन करां या मैं वेट कर लां। इहदा सिंपल जिहा आंसर इह है, जे यूनिवर्सिटीज एडमिशन दे रही है, यूनिवर्सिटीज एक्सपेक्ट स्टूडेंट टू कम, ते जिस तरह ऑस्ट्रेलिया ने COVID-19 नू कंट्रोल दे विच कीता है, दे आर टेकिंग एवरी स्टेप टू मेक श्योर कि इकोनमी भी वो गिरन ना दे, उन्हों भी कंट्रोल कर। जिदा कि मैं पहला दस्सिया, ऑलमोस्ट $60 billion की जिहड़ी इंडस्ट्री है, इन्हां दी एजुकेशन इंडस्ट्री है, इंटरनेशनल स्टूडेंट्स का एक्सपोर्ट इंडस्ट्री हैगी है, उन्हों इंपैक्ट नहीं हो दे सकते। सो प्रोबेबली दिस इज द बेस्ट टाइम टू मेक श्योर कि थोड़ा सारा प्रोसैस कंप्लीट है, तो थोड़ी फाइल एम्बेसी दे विच लगी हुई है। ਉਹਦਾ ਮਤਲਬ ਇਹ ਹੈ ਕਿ ਕੱਲ ਨੂੰ ਜਦੋਂ ਐਮਬੈਸੀ ਖੁੱਲਦੀ ਹੈ, ਚਾਹੇ ਆਫਸ਼ੋਰ ਨਹੀਂ ਵੀ ਖੁੱਲਦੀ, ਜੇ ਮੰਨ ਲਓ ਇੰਡੀਆ 'ਚ ਦਿੱਕਤ ਆਉਂਦੀ ਹੈ, ਐਮਬੈਸੀ ਨਹੀਂ ਖੁੱਲਦੀ, ਇੰਡੀਆ 'ਚ ਲੋਕਡਾਊਨ ਕੰਟੀਨਿਊ ਰਹਿੰਦਾ, ਉਹ ਪ੍ਰੋਸੈਸਿੰਗ ਆਸਟ੍ਰੇਲੀਆ ਔਨਸ਼ੋਰ ਪ੍ਰੋਸੈਸਿੰਗ ਹੋ ਸਕਦੀ ਹੈ। ਡਿਪਾਰਟਮੈਂਟ ਦੇ ਕੋਲ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਜਿਹੜੇ ਸਟੂਡੈਂਟ ਸੈਂਟਰ ਬਣੇ ਹੋਏ ਆ ਡਿਪਾਰਟਮੈਂਟ 'ਤੇ, ਜਿਹੜੇ ਵੀਜ਼ਾ ਗ੍ਰਾਂਟ ਕਰਦੇ ਆ, ਜਿੱਥੇ ਔਨਸ਼ੋਰ ਵੀਜ਼ਾ ਦੀ ਪ੍ਰੋਸੈਸਿੰਗ ਹੁੰਦੀ ਹੈ, ਉਹ ਸਾਰੇ ਇਕਵਿਪਡ ਨੇ ਕਿ ਆਫਸ਼ੋਰ ਵੀਜ਼ਾਸ ਦੀ ਵੀ ਉਹ ਪ੍ਰੋਸੈਸਿੰਗ ਕਰ ਸਕਣ। ਤੇ ਜੇ ਇਨ ਕੇਸ ਉਹ ਲੰਬਾ ਚੱਲਦਾ ਹੈ, ਤੇ ਹਾਂ ਬਹੁਤ ਜ਼ਿਆਦਾ ਸਾਰਾ ਹੈ ਕਿ ਉਹ ਵੀਜ਼ਾਸ ਆਸਟ੍ਰੇਲੀਆ ਤੋਂ ਗ੍ਰਾਂਟ ਹੋ ਕੇ ਤੁਹਾਨੂੰ ਮਿਲਣ, ਤੇ ਜੇ ਆਸਟ੍ਰੇਲੀਆ ਪ੍ਰੋਸੈਸਿੰਗ ਹੁੰਦੀ ਹੈ, ਇਟ ਵਿਲ ਬੀ ਅ ਵੈਰੀ ਫਾਸਟ ਪ੍ਰੋਸੈਸਿੰਗ। ਜਸ ਸੰਧੂ ਸਰ, ਜਿਨ੍ਹਾਂ ਦੀ ਫਾਈਲ ਅੰਬੈਸੀ 'ਚ ਹੈ, ਕਿੰਨੇ ਚਾਂਸਿਸ ਹੈ ਜੁਲਾਈ ਇਨਟੇਕ ਦੇ? ਜਸਟ ਬਹੁਤ ਜ਼ਿਆਦਾ ਚਾਂਸਿਸ ਹੈ ਕਿ ਜੁਲਾਈ ਇਨਟੇਕ ਅੱਛਾ ਜਾਏਗਾ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਆਸਟ੍ਰੇਲੀਆ ਦਾ ਮਾਰਚ ਇਨਟੇਕ ਬਹੁਤ ਜ਼ਿਆਦਾ ਇੰਪੈਕਟ ਹੋਇਆ, ਸਪੈਸ਼ਲੀ ਇੰਪੈਕਟ ਹੋਇਆ ਚਾਈਨੀਜ਼ ਸਟੂਡੈਂਟ, ਬਿਕੋਜ਼ ਸਭ ਤੋਂ ਪਹਿਲਾਂ ਜਿਹੜਾ ਬੈਨ ਲੱਗਾ ਸੀਗਾ ਚਾਈਨੀਜ਼ ਸਟੂਡੈਂਟਸ ਦੇ ਉੱਤੇ ਲੱਗਾ ਸੀਗਾ, ਜਾਂ ਚਾਈਨੀਜ਼ ਨੈਸ਼ਨਲਸ ਦੇ ਉੱਤੇ ਲੱਗਾ ਸੀਗਾ ਜਿਹੜੇ ਆਸਟ੍ਰੇਲੀਆ ਨਹੀਂ ਸੀ ਆ ਸਕਦੇ। 15 ਮਾਰਚ ਇੱਕ ਜਿਹੜਾ ਮੇਨ 15 ਮਾਰਚ ਦਾ ਇਨਟੇਕ ਹੁੰਦਾ, ਸਭ ਤੋਂ ਵੱਡਾ ਇਨਟੇਕ ਹੁੰਦਾ ਸਾਲ ਦਾ, ਜੋ ਉਹ ਇੰਨਾ ਇੰਪੈਕਟ ਹੋ ਚੁੱਕਿਆ ਕਿ ਗਵਰਨਮੈਂਟ ਨੇ ਆਲਮੋਸਟ ਕਲੋਜ ਟੂ 5-10 billion ਜਿਹੜਾ ਹੈ ਯੂਨੀਵਰਸਿਟੀਜ਼ ਨੂੰ ਵੀ ਐਲੋਕੇਟ ਕੀਤਾ ਸੀਗਾ ਉਹਨਾਂ ਦੇ ਲੋਸ ਦੇ ਉੱਤੇ। ਅਤੇ ਗਵਰਨਮੈਂਟ ਕਦੀ ਵੀ ਨਹੀਂ ਚਾਹੇਗੀ ਕਿ ਉਹਨਾਂ ਦਾ ਨੈਕਸਟ ਇਨਟੇਕ ਜਿਹੜਾ ਜੁਲਾਈ ਇਨਟੇਕ ਹੈ ਯੂਨੀਵਰਸਿਟੀਜ਼ ਦਾ ਉਹ ਇੰਪੈਕਟ ਹੋਵੇ। ਅਤੇ ਬਹੁਤ ਜ਼ਿਆਦਾ ਚਾਂਸਿਸ ਹੈ ਕਿ ਜੁਲਾਈ ਦੇ ਜਿੰਨੇ ਵੀ ਜਿਨ੍ਹਾਂ ਕੋਲ ਵੀ ਸੀ ਓਈ ਜਾਂ ਐਡਮਿਸ਼ਨ ਜੁਲਾਈ ਇਨਟੇਕ ਦੀ ਹੈ, ਉਹਨਾਂ ਦਾ ਪ੍ਰੋਸੈਸਿੰਗ ਜਲਦੀ ਹੋ ਜਾਏਗੀ। ਇਸ ਤੋਂ ਇਲਾਵਾ ਦੋਸਤੋ, ਕੋਈ ਵੀ ਤੁਹਾਨੂੰ ਕੁਸ਼ਚਨ ਇਮੀਗ੍ਰੇਸ਼ਨ ਨੂੰ ਲੈ ਕੇ, ਮਾਈਗ੍ਰੇਸ਼ਨ ਨੂੰ ਲੈ ਕੇ, ਜਾਂ ਕਰੰਟ ਸਿਚੁਏਸ਼ਨ ਜੋ ਚੱਲਦੀ ਪਈ ਹੈ ਉਹਨੂੰ ਲੈ ਕੇ ਹੈ, ਫੇਸਬੁੱਕ 'ਤੇ ਲਗਾਤਾਰ ਸਾਡੇ ਅਪਡੇਟ ਆਉਂਦੇ ਹੈ। ਜਦੋਂ ਵੀ ਕੋਈ ਗਵਰਨਮੈਂਟ ਕੁਛ ਗ੍ਰਾਂਟ ਕਰਦੀ ਹੈ ਸਟੂਡੈਂਟਸ ਲਈ, ਇੰਟਰਨੈਸ਼ਨਲ ਸਟੂਡੈਂਟਸ ਲਈ, ਉਹਦਾ ਅਪਡੇਟ ਫੇਸਬੁੱਕ 'ਤੇ, ਜਾਂ ਐਨੀ ਸੋਰਟ ਆਫ ਅਪਡੇਟ, ਚਾਹੇ ਉਹ ਔਨਸ਼ੋਰ ਸਟੂਡੈਂਟਸ ਨੂੰ ਲੈ ਕੇ ਹੋਏ, ਚਾਹੇ ਉਹਨਾਂ ਸਟੂਡੈਂਟਸ ਨੂੰ ਜਿਹੜੇ ਇੰਡੀਆ ਬੈਠੇ ਹੋਏ ਆ ਜਿਨ੍ਹਾਂ ਕੋਲ ਆਸਟ੍ਰੇਲੀਆ ਦਾ ਵੀਜ਼ਾ, ਜਾਂ ਉਹ ਸਟੂਡੈਂਟਸ ਜਿਨ੍ਹਾਂ ਨੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਉਹਨਾਂ ਸਾਰਿਆਂ ਲਈ ਸਾਰੀ ਇਨਫੋਰਮੇਸ਼ਨ ਅਲੱਗ ਅਲੱਗ ਥਾਵਾਂ ਤੋਂ ਇਕੱਠੀ ਕਰਕੇ ਇੱਕ ਸਾਡੇ ਫੇਸਬੁੱਕ ਪੇਜ ਦੇ ਉੱਤੇ ਲਗਾਤਾਰ ਫੀਡ ਕੀਤੀ ਜਾ ਰਹੀ ਹੈ। ਅਤੇ ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਕੋਈ ਕੁਸ਼ਚਨ ਹੈ, ਜਾਂ ਤੁਹਾਨੂੰ ਲੱਗਦਾ ਹੈ ਕੋਈ ਡਾਊਟਸ ਨੇ ਤੁਹਾਡੇ ਵੀਜ਼ਾ ਨੂੰ ਲੈ ਕੇ, ਤੁਹਾਡੇ ਸਟੇਟਸ ਨੂੰ ਲੈ ਕੇ, ਜਾਂ ਤੁਹਾਡੇ ਟਰੈਵਲ ਨੂੰ ਲੈ ਕੇ, ਤੁਸੀਂ ਕਿਸੇ ਵੇਲੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਉਹਦਾ ਜਵਾਬ ਦਿੱਤਾ ਜਾਏ। ਪਲੱਸ ਇਹ ਜਿਹੜੇ ਫੇਸਬੁੱਕ ਲਾਈਵ ਸੈਸ਼ਨਸ ਹੈ, ਇਹ ਵੀ ਕੋਸ਼ਿਸ਼ ਕਰਾਂਗੇ ਕਿ ਐਵਰੀ ਵੀਕ ਇਹ ਕੰਟੀਨਿਊ ਰਹਿਣ, ਤਾਂ ਕਿ ਐਵਰੀ ਵੀਕ ਤੁਹਾਨੂੰ ਇਹਦਾ ਅਪਡੇਟ ਮਿਲੇ ਕਿ ਆਸਟ੍ਰੇਲੀਆ ਦੇ ਵਿੱਚ ਚੱਲ ਰਿਹਾ ਅਤੇ ਕੀ ਇਹਦੀ ਪ੍ਰੋਸੈਸਿੰਗ। ਇਜਾਜ਼ਤ ਲੈਂਦੇ ਹਾਂ ਜੀ, ਸਤਿ ਸ਼੍ਰੀ ਅਕਾਲ।